ਆਹੀ ਫਿਰਦੇ ਆ ਮੋਦੀ ਸਾਹਿਬ, ਗਰੰਟੀਆਂ ਕਹਿੰਦੇ, ਗਰੰਟੀਆਂ ਤਾਂ ਅਸੀਂ ਕਹਿੰਦੇ ਹੁੰਦੇ ਸੀ, ਆਪਦੀ ਆਉਣ ਦੀ ਗਰੰਟੀ ਹੈ ਨੀ, ਇੰਨੀਆਂ ਗਰੰਟੀਆਂ ਦੇਈ ਜਾਂਦੇ, ਆਪ ਆਉਂਗੇ ਜੂਨ ਚ, ਕਿਉਂਕਿ ਪਹਿਲੇ ਗੇੜ ਜਿਹੜੀਆਂ ਵੋਟਾਂ ਪਈਆਂ 102 ਸੀਟਾਂ ਤੇ, ਉਹ ਚੋਂ 30-32 ਹੋਏ ਆ ਰਹੀਆਂ, 60-70 ਇੰਡੀਆ ਗਠਬੰਧਨ ਨੂੰ ਆ ਰਹੀਆਂ ਨੇ 60-70। ਆਹੀ ਫਿਰਦੇ ਆ ਮੋਦੀ ਸਾਹਿਬ, ਗਰੰਟੀਆਂ ਕਹਿੰਦੇ, ਗਰੰਟੀਆਂ ਤਾਂ ਅਸੀਂ ਕਹਿੰਦੇ ਹੁੰਦੇ ਸੀ, ਇਹ ਤਾਂ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਉਹਨੂੰ, ਘੋਸ਼ਣਾ ਪੱਤਰ, ਮੈਨੀਫੈਸਟੋ ਨੂੰ, ਹੁਣ ਗਰੰਟੀਆਂ ਕਹਿਣ ਲੱਗ ਗਏ। ਮੋਦੀ ਕੀ ਗਰੰਟੀ, ਝੂਠ ਬੋਲਣ ਦੀ ਗਰੰਟੀ, ਆਪਦੀ ਆਉਣ ਦੀ ਗਰੰਟੀ ਹੈ ਨੀ, ਇੰਨੀਆਂ ਗਰੰਟੀਆਂ ਦੇਈ ਜਾਂਦੇ, ਆਪ ਆਉਂਗੇ ਜੂਨ ਚ। 4 ਜੂਨ ਨੂੰ ਦੇਖੋ ਪਹਿਲੇ ਗੇੜ ਚ, ਕੱਲ ਪਰਸੋਂ ਜਿਹੜਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਦਾ, ਕਿਉਂਕਿ ਪਹਿਲੇ ਗੇੜ ਜਿਹੜੀਆਂ ਵੋਟਾਂ ਪਈਆਂ 102 ਸੀਟਾਂ ਤੇ, ਉਹ ਚੋਂ 30-32 ਹੋਏ ਆ ਰਹੀਆਂ, 60-70 ਇੰਡੀਆ ਗਠਬੰਧਨ ਨੂੰ ਆ ਰਹੀਆਂ ਨੇ 60-70। ਹੁਣ ਕੱਲ ਨੂੰ ਪੈਣਗੀਆਂ 80 ਤੋਂ ਉੱਪਰ, ਕੱਲ ਨੂੰ ਪੈਣਗੀਆਂ 80 ਚੋਂ ਪਹਿਲੀ ਆ ਗਿਆ ਕਿ 50 ਤੋਂ ਉੱਪਰ ਫੇਰ ਆ ਰਹੀਆਂ ਨੇ 80 ਤੋਂ, ਤਾਂਹੀਓ ਬਦਲ ਗਏ, ਤਾਂਹੀਓ ਹੁਣ 400 ਪਾਰ ਨਹੀਂ ਕਹਿੰਦੇ, ਹੁਣ ਸਥਿਰ ਸਰਕਾਰ ਕਹਿਣ ਲੱਗ ਗਏ। ਤੇ ਨਾਲੇ ਅਸੀਂ ਧਰਮ ਜਾਤੀ ਤੇ ਅਸੀਂ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੇ, ਮਤਲਬ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲਾਂ ਬਾਅਦ ਜਦੋਂ ਇੰਨਾ ਮੈਂਡੇਟ ਵੱਡਾ ਹੋਵੇ, ਇੰਨਾ ਫਤਵਾ ਵੱਡਾ ਹੋਵੇ, ਕੋਈ ਕੰਮ ਕਰਨ ਤੋਂ ਰੋਕਣ ਵਾਲਾ ਨਾ ਹੋਵੇ, ਜੋ ਮਰਜ਼ੀ ਕਰੋ ਕੰਮ ਕਰੋ, ਕਾਨੂੰਨ ਬਣਾ ਲਏ ਜੋ ਮਰਜ਼ੀ ਬਣਾ ਲਏ, ਤੇ 10 ਸਾਲਾਂ ਬਾਅਦ ਵੀ ਤੁਸੀਂ ਮੰਗਲ ਸੂਤਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਹੋ, ਯਾਰ ਸ਼ਰਮ ਦੀ ਗੱਲ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਮੰਗਲ ਸੂਤਰ ਦੀਆਂ ਗੱਲਾਂ ਕਰ ਰਿਹਾ। ਸੋ ਵੀਰੋ, ਇਹ ਅੱਗੇ ਗਲਤ ਗੱਲ ਹੈ, ਨਫ਼ਰਤ ਦੀ ਰਾਜਨੀਤੀ ਅਸੀਂ ਨਹੀਂ ਕਰਦੇ। ਅਸੀਂ ਤਾਂ ਸਕੂਲਾਂ ਦੀ ਗੱਲ ਕਰਾਂਗੇ, ਅਸੀਂ ਤਾਂ ਹਸਪਤਾਲਾਂ ਦੀ ਗੱਲ ਕਰਾਂਗੇ, ਅਸੀਂ ਬਿਜਲੀ ਦੀ ਗੱਲ ਕਰਾਂਗੇ, ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਾਂਗੇ, ਅਸੀਂ ਵਪਾਰੀ ਦੀ ਗੱਲ ਕਰਾਂਗੇ, ਅਸੀਂ ਮਜ਼ਦੂਰ ਦੀ ਗੱਲ ਕਰਾਂਗੇ, ਅਸੀਂ ਦੁਕਾਨਦਾਰ ਦੀ ਗੱਲ ਕਰਾਂਗੇ, ਅਸੀਂ ਉਹ ਗੱਲ ਕਰੋ ਨਾ, ਉਹ ਤਾਂ ਕਰਦੇ ਨਹੀਂ, ਹੋਰ ਹੀ ਕੁਝ ਕਹੀ ਜਾਂਦੇ ਆ ਲੋਕਾਂ ਨੂੰ ਭੜਕਾਉਣ ਨੂੰ, ਬਸ ਲੜਾਉਣ ਨੂੰ, ਇਹ ਗੱਲ ਹੈ ਕੋਈ? ਬੜੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਹੋ ਜਿਹੇ ਬਿਆਨ ਦੇ ਰਿਹਾ, ਪੂਰੀ ਦੁਨੀਆਂ 'ਚ ਥੂ ਥੂ ਹੋ ਰਹੀ ਹੈ।